ਪੰਜ ਗ੍ਰਾਈ ਵਾਲਾ ਵਿਧਾਨ ਸਭਾ ਕਾਜ ਨਾਲੇ ਦਾ ਪਿੰਡ ਹੈ ਤੇ BSF ਦੀ ਚੌਕੀ ਆ। ਇਹ ਆਪਾਂ ਬਿਲਕੁਲ ਪਾਕਿਸਤਾਨ ਦੀ ਦੁਕਾਨ ਸਾਹਮਣੇ ਪਾਕਿਸਤਾਨ ਹੈ, ਬਸ ਪਾਕਿਸਤਾਨ ਤੇ ਖੜੇ ਸਭ ਲੋਕ। ਇੱਥੋਂ ਕੀ ਦੇਖਣ ਕੀ ਆਇਆ ਕਿ ਇੱਧਰੋਂ ਰਾਵੀ ਜਿਹੜਾ ਦਰਿਆ ਆ ਸੱਪ ਦੀ ਤੌਰ ਤੇ ਚੱਲਦਾ, ਇਹ ਪਿੱਛੋਂ ਜਿਹੜਾ ਪਾਕਿਸਤਾਨ ਚੱਲ ਜਾਂਦਾ ਇੱਥੋਂ ਮੁੜ ਕੇ ਆਉਂਦਾ। ਜਦੋਂ ਇਹ ਮੁੜ ਕੇ ਆਉਂਦਾ ਇਹ ਫਿਰ ਬਹੁਤ ਸਪੀਡ ਨਾਲ ਆਉਂਦਾ। ਇਹਦੇ ਚ ਪਾਣੀ ਇੰਨਾ ਜਿਆਦਾ ਹੁੰਦਾ ਕਿ ਇੱਥੇ ਖਲੋਤਾ ਨੀ ਜਾਂਦਾ, ਜਿੱਥੇ ਆਪਾਂ ਖਲੋਤੇ ਉੱਥੇ ਪਾਣੀ ਪਾਣੀ ਹੋ ਜਾਂਦਾ। ਅੱਜ ਪਾਣੀ ਜਿਹੜਾ 10,000 ਕਿਊਸਕ ਆ, ਪਿਛਲੇ ਸਾਲ 2.25 ਲੱਖ ਕਿਊਸਕ ਪਾਣੀ ਆ ਗਿਆ, ਮਤਲਬ ਇੰਨਾ ਪਾਣੀ 2.25 ਲੱਖ ਸੀਗਾ ਪਾਣੀ ਪਾਣੀ ਸਭ ਹਰ ਪਾਸੇ। ਉਹ ਵੇਖਣੇ ਆਇਆ ਪਿਓ ਆਪਾਂ ਆਪਣੇ ਸਫਾ ਜਿਹੜੇ ਉਹ ਬੰਨੇ ਪੱਥਰ ਦੇ ਤੌਰ, ਇਧਰੋਂ ਤੇ ਪਾਣੀ ਮਤਲਬ ਇਧਰੋਂ ਢਾਲ ਆਉਣੀ ਢਾਲਤੀ ਆ, ਢਾਲ ਲੱਗਦੀ ਆਪਣੀ ਜ਼ਮੀਨ ਨੂੰ, ਕਾਫੀ ਜ਼ਮੀਨ ਪਿਛਲੀ ਨਾ ਆਪਣੀ ਆ ਗਈ ਇਹਦੇ ਵਿੱਚ, ਦਰਿਆ ਲੈ ਗਿਆ ਖਿੱਚ ਕੇ। ਪਰ ਹੁਣ ਘਬਰਾਵਾਂ ਦੀ ਪਿੰਡ ਦੀ ਇੱਕ ਪ੍ਰੋਬਲਮ ਆ, ਉਹਦਾ ਇੱਕ ਐਸਟੀਮੇਟ ਭੇਜਿਆ ਸਰ, ਤੇ ਮੈਂ ਜਾ ਕੇ ਹੁਣ ਮਨਿਸਟਰ ਸਾਹਿਬ ਨਾਲ ਗੱਲ ਕਰਦਾ ਉਹਦਾ ਥੋੜਾ ਫੰਡ ਆਉਣਾ ਦਾ, ਬਸ ਜੇ ਅਸੀਂ ਉਹ ਕਰਤਾ 5-7 ਦਿਨ ਦੇ ਵਿੱਚ ਤੇ ਫਿਰ ਇਧਰੋਂ ਸਾਰਾ ਏਰੀਆ ਜਿਹੜਾ ਸੇਫ ਹੋ ਜਾਊਗਾ। ਉਹ ਦੇਖਣਾ ਆ ਕਿਉਂਕਿ BSF ਦੇ ਜਵਾਨ ਵੀ ਵਿਚਾਰੇ ਕਿੱਥੇ ਸਟਰਗਲ ਕਰਦੇ, ਇੱਥੇ ਰਾਤ ਪਹਿਲਾ ਦੇਣਾ ਕੋਈ ਸੌਖੀ ਗੱਲ ਹੈ, ਇੱਥੇ ਕੋਈ ਕੰਡਿਆਂ ਵਾਲੀ ਤਾਰ ਨੀ ਕੁਛ ਨੀ, ਜਦੋਂ ਮਰਜ਼ੀ ਦੇਸ਼ ਵਿਰੋਧੀ ਅੰਸਰ ਜਿਹੜੇ ਇੱਥੋਂ ਲੰਘ ਸਕਦੇ, ਪਰ ਸਾਡੇ ਜਵਾਨ ਵਿਚਾਰੇ ਸਾਰੀ ਸਾਰੀ ਰਾਤ ਖੜੇ ਰਹਿੰਦੇ, ਕਈ ਦਾ ਪਾਣੀ ਚ ਖੜੇ ਰਹਿੰਦੇ, ਜਿੱਦਾਂ ਉਹ ਮੁੰਡਾ ਦਮ ਲੈ ਕੇ ਉੱਥੇ ਖੜੇ, ਤੇ ਕਈ ਦਾ ਅੱਗੇ ਜਾ ਕੇ ਅੰਦਰ ਵੱਧ ਜਾ ਕੇ ਖੜਨਾ ਪੈਂਦਾ, ਰਾਤ ਨੂੰ ਲਾਈਟਾਂ ਜਗਾਉਣੀਆਂ ਪੈਂਦੀਆਂ, ਉਹ ਲਾਈਟਾਂ ਲੱਗੀਆਂ, ਬਹੁਤ ਔਖੀ ਡਿਊਟੀ ਆ ਇਹਨਾਂ ਦੀ। ਸੋ ਉਹ ਮੈਂ ਦੇਖਣਾ ਆਇਆ ਸੀ ਕਿ ਮਤਲਬ ਹੜਾਂ ਤੋਂ ਪਹਿਲਾਂ ਆਪਾਂ ਦੇਖ ਲਈਏ ਕਿ ਕਿੱਥੇ ਕਿੱਥੇ ਸਾਡੀ ਕਿਤੇ ਕੁਝ ਕਮਜ਼ੋਰੀ ਹੈ, ਉਹਨੂੰ ਕਿੱਦਾਂ ਕੰਟਰੋਲ ਕਰਨਾ ਉਹ ਦੇਖੋ। BSF ਦੇ ਅਧਿਕਾਰੀਆਂ ਨੂੰ ਮਿਲੇ ਜੇ, ਉਹਨਾਂ ਦੀਆਂ ਨਾਲ ਵੀ ਗੱਲਬਾਤ ਕੀਤੀ ਗਈ ਹੈ? ਹਾਂ, ਕਿਸਾਨਾਂ ਨੂੰ ਮਿਲੇ ਕਿਉਂਕਿ ਇੱਥੇ ਕਿਸਾਨਾਂ ਦੀ, ਇਹ ਦੇਖੋ ਮੈਨੂੰ ਲੱਗੇ ਕਿਸਾਨ ਖੜਾ ਕਮਰਾ, ਇਹਦਾ 80 ਲੱਖ ਦਾ ਨੁਕਸਾਨ ਹੋ, ਇਹਦੀ ਜ਼ਮੀਨ ਉੱਥੋਂ ਅੱਗੋਂ ਦਰਿਆ ਸਾਰੀ ਆਪਣੇ ਚ ਖਿੱਚ ਕੇ ਲੈ ਗਿਆ, ਸਮਝਦੇ ਕਿ ਗੱਲ। ਔਰ ਮੈਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਕਿਹਾ ਸੀਗਾ ਕਿ ਇੱਕ ਇੰਡੀਆ ਗੌਰਮੈਂਟ ਨਾਲ ਗੱਲ ਕਰਕੇ, ਕਿਉਂਕਿ ਦਰਿਆਵਾਂ ਦਾ ਇਸ਼ੂ ਜਿਹੜਾ ਕੇਂਦਰ ਸਰਕਾਰ ਦੇ ਅਧੀਨ ਹੁੰਦਾ, ਵੀ ਜਿਹੜੇ ਆਪਾਂ ਮੁਆਵਜ਼ਾ ਦਿੰਦੇ ਹਾਂ ਜਿੱਥੇ ਹੜ੍ਹ ਮਾਰ ਕਰ ਗਿਆ, ਕੋਈ ਫਸਲ ਬਰਬਾਦ ਹੋ ਗਈ, ਕੁਛ ਹੋ ਗਿਆ, ਘੱਟ ਹੱਟ ਗਿਆ, ਉਹ ਤਾਂ ਪੈਸੇ ਦੇ ਦਿੰਦੇ ਹਾਂ, ਪਰ ਕਾਨੂੰਨ ਦੇ ਵਿੱਚ ਇੱਕ ਸੋਧ ਕਰੋ ਕਿ ਜਿਹੜੀ ਕਿਸਾਨਾਂ ਦੀ ਜ਼ਮੀਨ ਦਰਿਆ ਲੈ ਜਾਂਦਾ ਉਹ ਵੀ ਕਿਸਾਨਾਂ ਨੂੰ ਮੁਆਵਜ਼ਾ ਜਿਹੜਾ ਦਿੱਤਾ ਜਾਵੇ। ਉਹ CM ਸਾਹਿਬ ਨੇ ਦਿੱਲੀ ਉਹ ਭੇਜਿਆ, ਦਿੱਲੀ ਉਹਨਾਂ ਨੇ ਜਿਹੜੇ ਪਹਿਲੇ ਮਿਨਿਸਟਰ ਸੀਗੇ ਉਹਨਾਂ ਨਾਲ ਵੀ ਗੱਲ ਕੀਤੀ ਸੀਗੀ ਵੀ ਇਹਦਾ ਕੀਤਾ ਜਾਵੇ। ਮੈਂ ਵੀ ਐਗਰੀਕਲਚਰ ਮਿਨਿਸਟਰ ਆਫ ਇੰਡੀਆ ਨਾਲ ਉਦੋਂ ਗੱਲ ਕੀਤੀ ਸੀ ਕਿ ਸਾਨੂੰ ਇਹਦਾ ਕੋਈ ਸੋਲੂਸ਼ਨ ਕੱਢ ਕੇ ਦਿਓ, ਸਾਡੇ ਕਿਸਾਨਾਂ ਦੀ ਜ਼ਮੀਨ ਜਿਹੜੀ ਆ ਉਹ ਦਰਿਆ ਰੋੜ ਕੇ ਲੈ ਜਾਈ। ਸੋ ਇਹਦੇ ਲਈ ਆਪਾਂ ਫਾਈਟ ਜਿਹੜੀ ਕਰ ਰਹੇ, ਜੇ ਹੋਰ ਵੀ ਲੋੜ ਪਈ ਤੇ CM ਸਾਹਿਬ 23 ਤਰੀਕ ਨੂੰ ਅੰਮ੍ਰਿਤਸਰ ਆ ਰਹੇ, ਉਹਨਾਂ ਨੂੰ ਪੁੱਛਾਂਗੇ ਕਿ ਜੇ ਮਤਲਬ ਤੁਹਾਡੀ ਗੱਲ ਹੋਈ ਹੈ ਤੇ ਆਪ ਜਾ ਕੇ ਦਿੱਲੀ ਪੈਰਵਾਈ ਕਰਕੇ, ਕਿਉਂਕਿ ਮੇਰੇ ਮਨ ਚ ਆ ਕੇ ਜਦ ਆਪਣੇ ਸੈਂਕੜੇ ਕਿਸਾਨ ਨੇ ਉੱਪਰ ਗੁਰਦਾਸਪੁਰ ਤੋਂ ਲੈ ਕੇ ਜਿਨ੍ਹਾਂ ਦੀਆਂ ਜ਼ਮੀਨਾਂ ਦਰਿਆ ਦੇ ਵਿੱਚ ਆ ਗਈ, ਦਰਿਆ ਲੈ ਕੇ ਵਿਚਾਰਿਆਂ ਨੂੰ ਕੋਈ ਇਹਨਾਂ ਨੂੰ ਮੁਆਵਜ਼ਾ ਨੀ ਮਿਲਣਾ, ਕੁਛ ਨੀ ਮਿਲਣਾ। ਪਿਛਲੀ ਵਾਰ ਤਾਂ ਇੱਥੇ ਏਡੇ ਵੱਡੇ ਪਪਲਰ ਸੀਗੇ ਉਹ ਵੀ ਇਹਨਾਂ ਦੇ ਵਿੱਚੇ ਲੈ, ਮੈਂ ਉੱਥੇ ਹੀ ਮੇਰੇ ਹੁੰਦਿਆਂ ਢਾ ਲੱਗੀ, ਮੇਰੇ ਹੁੰਦਿਆਂ ਰੁੱਖ ਡੇਗਦੇ ਜਾਂਦੇ ਤੇ ਰੋਣ ਨਿਕਲਦਾ ਆਪਣਾ ਵੀ ਜਾਂ ਕਿਸਾਨ ਦਾ ਕੀ ਬਣਿਆ, ਸਮਝਦੇ ਕਿ ਨਹੀਂ। ਸੋ ਮੈਂ ਉਹੀ ਦੇਖਣਾ ਆ ਵੀ ਜੇ ਐਤਕਾ ਆਪਾਂ ਨੂੰ ਪ੍ਰੋਬਲਮ ਆਉਂਦੀ ਹੈ ਤੇ ਆਪਾਂ ਉਹਦਾ ਮਤਲਬ ਹੱਲ ਕੀ ਕਰਨਾ, ਉਹਦਾ ਮੁਕਾਬਲਾ ਕਿੱਦਾਂ ਕਰਨਾ। ਸੋ ਕਿਸਾਨਾਂ ਦੇ ਨਾਲ ਆ, ਕਿਸਾਨਾਂ ਦਾ ਨੁਕਸਾਨ ਜਿਹੜਾ ਉਹਦੀ ਪੂਰਤੀ ਕਰਨੀ ਸਾਡੀ ਡਿਊਟੀ ਆ, ਤੇ ਆਪਾਂ ਕਾਫੀ ਕੁਛ ਕਰ ਰਹੇ ਹਾਂ, ਪਰ ਇਹਨਾਂ ਦਾ ਜਿੰਨਾ ਚਿਰ ਤੱਕ ਜਿਹੜੀ ਦਰਿਆ ਬੁਰਦੋ ਨੂੰ ਕਹਿੰਦੇ ਜ਼ਮੀਨ ਨੂੰ ਉਹ ਮਾਲ ਮਹਿਕਮੇ ਦੇ ਵਿੱਚ ਆ, ਜਿੰਨਾ ਚਿਰ ਤੱਕ ਦਰਿਆ ਬੁਰਦ ਜ਼ਮੀਨਾਂ ਦਾ ਮੁਆਵਜ਼ਾ ਨੀ ਮਿਲਦਾ ਉਨੇ ਚਿਰ ਤੱਕ ਕੋਈ ਗੱਲ ਨੀ। ਉਹ ਮੁਆਵਜ਼ਾ ਦੇਣ ਲਈ
ਉਹ ਮੈਂ ਸਟਰਗਲ ਕਰ ਰਿਹਾ ਆਪਣੇ ਬਾਰਡਰ ਦੇ ਉੱਤੇ ਜਿੰਨੀ ਇਹ ਜ਼ਮੀਨ ਹੈ ਇਹਦੀ ਇਕੱਲੀ ਸਤਲੁਜ ਦੀ ਬਿਆਸ ਦੀ ਘੱਗਰ ਦੀ ਘੱਗਰ ਦਾ ਰਾਜ ਨੇ ਕਿੰਨੀਆਂ ਜ਼ਮੀਨਾਂ ਖਰਾਬ ਕੀਤੀਆਂ ਉਹ ਜ਼ਮੀਨਾਂ ਦਾ ਕਿਸਾਨਾਂ ਨੂੰ ਜਿਹੜਾ ਮੁਆਵਜ਼ਾ ਮਿਲਣਾ ਚਾਹੀਦਾ।